मेरा नाम जी रमिंदर सिंह है, मैं पंजाब रोड पनबस कंट्रैक्ट वर्कर यूनियन का हुशियारपुर डीपू ब्रांच का प्रधान हाँ जी। कारण की होया तुहाडे लई जिहड़ा बस स्टैंड बंद करके कारण होया जी 7:45 ते साडी गड्डी जलंधर नूं जा रही सी, गड्डी काउंटर ते लगी है, जिहड़ा 2000 तों टिकटां कट रहा सी, साडा कंडक्टर चढ़िया आधार कार्ड दीआं टिकटां कट्टण वास्ते। एक लेडी सवारी विच बैठी सी, उहने कंडक्टर ने यह पुछया कि भैण जी तुसीं कित्थे जाणा आ, ते उह जिहड़ी लेडी सवारी सी उह साडे कंडक्टर नूं गाली गलोच करन लगी, ते विच इक पुलिस अफसर भी बैठा सी, उन्होंने कहा कि भैण जी तुसीं ड्राइवर कनैक्टर नाल गलत गल तरीके नाल गल क्यों कर रहे हो। उस औरत ने उस SHO साहब नूं भी गाली गलोच किया, फिर जो अहीं अड्डा बंद किया हरेक जोड़ा भी उन्नू समझाउंदा सी उहदे ही गल पैंदी। पुछ कोई उन्नी की गल होई सी ਤੁਹਾਡੇ ਵਰਗੇ ਜਦੋਂ ਖੜੇ ਹੋ ਕੇ ਇੱਥੇ ਸਵਾਰੀਆਂ ਦੀਆਂ ਗੱਲਾਂ ਕਰਨੀਆਂ, ਇੱਥੇ ਆ ਮੇਰੇ ਮਗਰ, ਇੱਥੇ ਆ ਕੇ ਪੁੱਛਦਾ ਕੀ ਕਹਿੰਦੀ ਆ ਤੂੰ, ਕੀ ਕਹਿੰਦੀ, ਮੈਨੂੰ ਕੁਛ ਨਹੀਂ ਕਿਹਾ ਤੁਸੀਂ, ਬੋਲ ਕੇ ਚੜੇ ਕੁਛ ਤੁਸੀਂ ਬੋਲ ਕੇ ਚੜੇ ਆ ਇੱਥੇ, ਤੁਸੀਂ ਆਪਣੇ ਰੱਬ ਨੂੰ ਮੰਨਦੇ ਤੁਸੀਂ ਇੱਥੋਂ ਬੜਬੜ ਕਰਦੇ ਕਿਉਂ ਗਿਆ, ਓਏ ਨਹੀਂ ਕਹਿਣਾ ਕੋਈ ਨਹੀਂ ਕਹਿਣਾ ਕਿਸੇ ਨੂੰ ਵੀ, ਠੀਕ ਹੈ ਨਾ, ਇੱਜ਼ਤ ਨਾਲ ਬੋਲੋ, ਇੱਜ਼ਤ ਕਰਾਵੋ, ਠੀਕ ਹੈ ਨਾ, ਮੈਂ ਕੁਛ ਨਹੀਂ ਅਸੀਂ ਆਪਸੇ ਵਿੱਚ ਗੱਲਾਂ ਕਰਦੇ ਖੜੇ ਹਾਂ, ਮੈਂ ਕਰੀ ਨਹੀਂ ਸਕਦੀ ਕਦੇ ਮੁੰਡਿਆਂ ਦਾ ਹੱਥ ਮਾਰ ਮਾਰ ਕੇ ਸੋਹਣੀ ਬੋਲਦੇ ਆ ਤੁਸੀਂ, ਜਾਵਾਂ ਚਾਹੇ ਨਾ ਜਾਵਾਂ ਤੁਹਾਨੂੰ ਮੈਂ ਫਾਲਤੂ ਕੋ ਗੱਲੇ ਨਹੀਂ ਕੀਤੀ ਹੈਗੀ, ਸੜਕੇ ਵੱਲ ਤੂੰ ਜਾਂਦਾ ਸੀ ਤੂੰ ਵੀ ਤੇਰਾ ਹੀ ਹਾਲ ਹੁੰਦਾ ਸੀ, ਸਾਰੀ ਉਮਰ ਤੂੰ ਲੜਦੀ ਰਹੀ ਹੈ, ਸਾਰੀ ਜ਼ਿੰਦਗੀ ਤੂੰ ਲੜਦੀ ਰਹੀ ਹੈ, ਜਿਹੜੀ ਮਰਜ਼ੀ ਕੱਟ ਤੂੰ ਜਿਹੜੇ ਮਰਜ਼ੀ ਕਰਾ ਦੇ ਗਾ ਤੂੰ ਲੜਦੀ ਹੈ ਹਮੇਸ਼ਾ ਹੀ, ਉਹ ਜੁੱਠਾ ਦਾ ਹੈਗਾ ਯਾਰ, ਮਾਲ ਦੀ ਗੱਲ ਕਰਦੇ ਯਾਰ, ਫਿਰ ਲੜਦੇ ਕਰਦੇ ਗਾਲੀ ਗਲੋਚ ਕਰਦੀ ਸੀ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਦਿੱਲੀ ਦੀ ਤਰਜ਼ ਤੇ ਜਿਹੜਾ ਤੁਸੀਂ ਫ੍ਰੀ ਸਫ਼ਰ ਸਹੂਲਤ ਦਿੱਤਾ ਆ, ਦਿੱਲੀ ਇੱਕ ਛੋਟਾ ਜਿਹਾ ਵਰਗਾ, ਪੰਜਾਬ 250 ਤੋਂ 300 ਕਿਲੋਮੀਟਰ ਲੈ ਕੇ ਚੱਲਦਾ ਜੀ, ਇੱਥੇ ਫ੍ਰੀ ਸਫ਼ਰ ਸਹੂਲਤ ਅਸੀਂ ਵਿਰੋਧ ਤਾਂ ਨਹੀਂ ਕਰਦੇ, ਪਰ ਜੋ ਦਿਨ ਬ ਦਿਨ ਜੋ ਘਟਨਾਵਾਂ ਹੋ ਰਹੀਆਂ ਪੰਜਾਬ ਚ, PRTC ਦੇ ਵਿਚ ਵੀ ਕਨੈਕਟਰਾਂ ਦੇ ਥੱਪੜ ਮਾਰੇ ਗਏ ਜਨਾਨੀਆਂ ਵੱਲੋਂ, ਔਰਤਾਂ ਵੱਲੋਂ, 100-100 ਸਵਾਰੀ ਸਾਡੀਆਂ ਬੱਸਾਂ ਤੇ ਚੜ੍ਹਦੀ ਆ ਫ੍ਰੀ ਸਫ਼ਰ ਸਹੂਲਤ ਦਾ ਕਰਕੇ, ਕੋਈ ਔਰਤ ਡਿੱਗ ਜੇ ਤਾਂ ਵੀ ਡਰਾਈਵਰ ਕਨੈਕਟਰ ਦੇ ਗੱਲ, ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਾਂ ਤਾਂ ਹਾਫ਼ ਕਿਰਾਇਆ ਕੀਤਾ ਜਾਵੇ ਤੇ ਜਾਂ ਇਸ ਫ੍ਰੀ ਸਫ਼ਰ ਸਹੂਲਤ ਨੂੰ ਬੰਦ ਕੀਤਾ ਜਾਵੇ ਡਿਪੂਆਂ ਦੇ ਵਿੱਚ। ਪ੍ਰਧਾਨ ਜੀ ਕਾਰਨ ਕੀ ਆ, ਕਿਉਂ ਉਸ ਲੇਡੀ ਵੱਲੋਂ ਬਦਤਮੀਜ਼ੀ ਕਿਉਂ ਕੀਤੀ ਗਈ, ਕੀ ਗੱਲਬਾਤ ਹੋ ਗਈ? ਕਾਰਨ ਦੇਖੋ ਜੀ ਕੋਈ ਵੀ ਨਹੀਂ ਆ, ਕਨੈਕਟਰ ਨੇ ਮੰਗ ਕੀਤੀ ਆਧਾਰ ਕਾਰਡ ਦਓ ਤੁਸੀਂ ਕਿੱਥੇ ਜਾਣਾ ਆ, ਬਸ ਇਸੇ ਗੱਲ ਤੋਂ ਹੀ ਉਹ ਕਨੈਕਟਰ ਨੂੰ ਗਾਲਾਂ ਕੱਢਣ ਲੱਗ ਗਈ ਤੇ ਡਰਾਈਵਰ ਨੂੰ ਵੀ ਗਾਲਾਂ ਕੱਢਣ ਲੱਗ ਗਈ। ਪਹਿਚਾਣ ਹੋਈ ਕਿੱਥੋਂ? ਪਹਿਚਾਣ ਠੀਕ ਆ ਜੀ, ਉਹ ਵੀਡੀਓ ਦੀ ਹੈਗੀ ਆ ਸਾਡੇ ਕੋਲ, ਫੁਗਲਾਣੇ ਦੀ ਆ ਉਹ ਔਰਤ, ਕਹਿੰਦੀ ਮੈਂ ਜੋਬ ਕਰਦੀ ਆ ਸਰਕਾਰੀ ਨੌਕਰੀ ਕਰਦੀ ਆ, ਬਾਕੀ ਅਸੀਂ ਪੁਲਿਸ ਕਾਰਵਾਈ ਉਹਨਾਂ ਤੇ ਕਰਵਾਈ ਆ, ਜਿੰਨਾ ਵੀ ਸਾਡਾ ਨੁਕਸਾਨ ਹੋਇਆ ਪੰਜਾਬ ਰੋਡਵੇ ਦਾ 2 ਘੰਟੇ ਦੀ ਸ਼ਿਫਟ ਆ, ਅਸੀਂ ਸਾਰੀ ਭਰਪਾਈ ਕਰਾਂਗੇ ਉੱਤੇ ਤੇ ਕਾਨੂੰਨੀ ਕਾਰਵਾਈ ਜ਼ਰੂਰ ਅਸੀਂ ਕਰਵਾਵਾਂਗੇ। ਠੀਕ ਆ ਜੀ, ਜੇਕਰ ਅੱਜ ਦਿਨ ਗੱਲ ਕਰੀਏ ਤਾਂ ਆਪਾਂ PRTC ਦਾ ਜੋ ਅਫੀਸ਼ੀਅਲ ਪੇਜ ਬਣਿਆ ਹੋਇਆ ਉਹਦੇ ਤੇ ਵੀ ਦੇਖਦੇ ਆ ਕਾਫੀ ਸਾਰੀਆਂ ਘਟਨਾਵਾਂ ਜਿਹੜੀਆਂ ਵਾਪਰਦੀਆਂ ਰਹਿੰਦੀਆਂ ਨੇ, ਕੀ ਕਾਰਨ ਮੰਨਦੇ ਹੋ? ਸਰਕਾਰ ਦੀ ਢਿੱਲ ਮੱਠਾ, ਪ੍ਰਸ਼ਾਸਨ ਦੀ ਢਿੱਲ ਮੱਠਾ, ਜਾਂ ਲੋਕ ਨਹੀਂ ਅਵੇਅਰ ਹੈਗੇ ਇਹਨਾਂ ਗੱਲਾਂ? ਦੇਖੋ ਜੀ, PRTC ਪੰਜਾਬ ਰੋਡਵੇ ਜਿਹੜਾ ਪੇਜ ਬਣਿਆ ਉਸ ਤੇ ਲਗਾਤਾਰ ਦਿਨ ਬ ਦਿਨ ਇਹੋ ਜਿਹੀਆਂ ਵੀਡੀਓ ਆ ਰਹੀਆਂ ਜਿਹੜੀਆਂ ਔਰਤਾਂ ਵੱਲੋਂ ਕਨੈਕਟਰਾਂ ਦੇ ਨਾਲ ਬਦਸਲੂਕੀ ਕੀਤੀ ਜਾਂਦੀ ਆ,
ਜਿਸ ਔਰਤ ਕੋਲ ਆਧਾਰ ਕਾਰਡ ਨਾ ਹੋਵੇ ਉਹ ਫਿਰ ਕੰਡਕਟਰ ਨੂੰ ਗਾਲੀ ਗਲੋਚ ਕਰਦੀ ਹੈ, ਕਹਿੰਦੀ ਮੈਂ ਤਾਂ ਫ੍ਰੀ ਜਾਊਂਗੀ ਭਾਵੇਂ ਨਾ ਤਾਂ ਮੇਰੇ ਕੋਲ ਆਧਾਰ ਕਾਰਡ ਆ ਨਾ ਕੁਛ ਵੀ। ਸਿੱਧੇ ਦੇ ਸਿੱਧੇ ਤੌਰ ਤੇ ਔਰਤਾਂ ਵੱਲੋਂ ਗੁੰਡਾਗਰਦੀ ਕੀਤੀ ਜਾਂਦੀ ਹੈ ਜੀ। ਸਾਡੇ ਹੁਸ਼ਿਆਰਪੁਰ ਡਿਪੂ ਦੇ ਵਿੱਚ 8 ਲੱਖ 8.5 ਲੱਖ ਦਾ ਪ੍ਰਤੀ ਦਿਨ ਡੀਜ਼ਲ ਦੀ ਖਪਤ ਆ, ਪਰ ਔਰਤਾਂ ਦਾ ਫ੍ਰੀ ਸਫ਼ਰ ਸਹੂਲਤ ਹੋਣ ਤੋਂ ਬਾਅਦ 2.5 ਲੱਖ ਆਮਦਨ ਆ ਤੇ 8.5 ਲੱਖ ਦਾ ਡੀਜ਼ਲ ਲੱਗਦਾ। ਪੰਜਾਬ ਸਰਕਾਰ ਨੇ ਹਾਲੇ ਤੱਕ ਸਾਨੂੰ ਕੋਈ ਪੈਸਾ ਨਹੀਂ ਜਾਰੀ ਕੀਤਾ। ਉਸ ਤੋਂ ਪਿਛਲੀ ਜਿਹੜੀ ਸਰਕਾਰ ਸੀ ਉਹਦੇ ਵੱਲ 74 ਕਰੋੜ ਸੀ, ਹੁਣ 250 ਕਰੋੜ ਰੁਪਇਆ ਬਣ ਗਿਆ ਜੋ ਕਿ ਸਾਡੇ ਡਿਪੂਆਂ ਦੇ ਵਿੱਚ ਨਹੀਂ ਆ ਰਿਹਾ। ਇਸ ਕਰਕੇ ਜਾਂ ਤਾਂ ਇਸ ਨੂੰ ਬੰਦ ਕੀਤਾ ਜਾਵੇ ਜਾਂ ਔਰਤਾਂ ਦਾ ਅੱਧਾ ਕਿਰਾਇਆ ਕੀਤਾ ਜਾਵੇ। ਮੰਗ ਕੀ ਕਰਦੇ ਹੁਣ ਤੁਸੀਂ? ਅਸੀਂ ਹੁਣ ਇਹੋ ਸਰਕਾਰ ਤੋਂ ਮੰਗ ਕਰਦੇ ਹਾਂ ਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ, ਜਿਸ ਔਰਤ ਨੇ ਸਾਡੇ ਨਾਲ ਗਾਲੀ ਗਲੋਚ ਕੀਤਾ, ਦਿਨ ਬ ਦਿਨ ਔਰਤਾਂ ਦਾ ਜਿਹੜਾ ਗੁੰਡਾ ਰਾਜ ਆ ਵੱਧਦਾ ਜਾਂਦਾ ਵਾ, ਜਾਂ ਤਾਂ ਫ੍ਰੀ ਸਫ਼ਰ ਸਹੂਲਤ ਬੰਦ ਕਰੋ ਜਾਂ ਅੱਧਾ ਕਿਰਾਇਆ ਲਾਗੂ ਕਰੋ। ਅਸੀਂ ਇਹੀ ਮੰਗ ਕਰਦੇ ਹਾਂ ਤੇ ਔਰਤ ਦੇ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਜਿੰਨਾ ਸਾਡਾ ਪੰਜਾਬ ਰੋਡਵੇਜ਼ ਦਾ ਨੁਕਸਾਨ ਹੋਇਆ ਉਸ ਔਰਤ ਤੋਂ ਭਰਪਾਈ ਕੀਤੀ ਜਾਵੇ। ਜੇਕਰ ਨਹੀਂ ਕੋਈ ਪੁਲਿਸ ਪ੍ਰਸ਼ਾਸਨ ਸੁਣਦਾ ਜਾਂ ਹੋਰ ਜ਼ਿਲ੍ਹਾ ਪ੍ਰਸ਼ਾਸਨ ਨਹੀਂ ਸੁਣਦਾ, ਕੀ ਅਗਲਾ ਸਟੈਪ ਸਾਡਾ ਇਹੀ ਹੈ ਜੀ, ਅਸੀਂ ਲਗਾਤਾਰ ਇੱਥੇ ਬੰਦ ਕੀਤਾ ਡਿਪੂ ਹੁਸ਼ਿਆਰਪੁਰ ਡਿਪੂ ਬੰਦ ਆ ਤੇ ਬੱਸ ਸਟੈਂਡ ਬੰਦ ਰਹੇਗਾ ਜੀ।